ਜਿਹੜਾ ਉਹਦੀ ਅੱਜ ਕੱਲ੍ਹ ਤਿਆਰੀ ਚੱਲ ਰਹੀ ਹੈ ਅਤੇ ਸਾਡਾ ਮੇਨ ਅੱਜ ਦਾ ਮੌਜੂ ਵੀ ਇਹੀ ਹੈ ਕਿ ਅਸੀਂ ਲੋਕਾਂ ਨੂੰ ਗਾਈਡ ਕਰੀਏ ਕਿ ਕਿਸ ਤਰ੍ਹਾਂ ਕਬੂਤਰ ਨੂੰ ਤਿਆਰੀ ਦੇਣੀ ਹੈ। ਅਸੀਂ ਸਟਾਰਟ ਕਰਾਂਗੇ ਪਰ ਪਟਾਈ ਤੋਂ ਅਤੇ ਫਿਰ ਇਸ ਤਰ੍ਹਾਂ ਸਟੈਪ ਵਾਈਜ਼ ਚਲਾਂਗੇ ਅੱਗੇ। ਅਤੇ ਤੁਸੀਂ ਕੀ ਗਾਈਡ ਕਰੋਗੇ, ਕਿਸ ਤਰ੍ਹਾਂ ਗਾਈਡ ਕਰੋਗੇ, ਤੁਹਾਡਾ ਕੀ ਪ੍ਰੋਸੈਸ ਹੈ, ਤੁਸੀਂ ਕਿਸ ਤਰੀਕੇ ਨਾਲ ਤਿਆਰੀ ਕਰਾਉਂਦੇ ਹੋ ਆਪਣੇ ਕਬੂਤਰਾਂ ਦੀ, ਅਤੇ ਇੱਕ ਆਮ ਸ਼ੌਕੀਨ ਨੂੰ, ਇੱਕ ਨਵੇਂ ਸ਼ੌਕੀਨ ਨੂੰ ਕਿਸ ਤਰ੍ਹਾਂ ਤਿਆਰੀ ਕਰਾਉਣੀ ਚਾਹੀਦੀ ਹੈ, ਇਸ ਹਵਾਲੇ ਸਾਨੂੰ ਅੱਜ ਪ੍ਰੋਪਰਲੀ ਗਾਈਡ ਕਰੋ ਤਾਂ ਕਿ ਜਿਹੜੇ ਵੀ ਸਾਡੇ ਸ਼ੌਕੀਨ ਨੇ ਵੀਡੀਓ ਵੇਖਣਗੇ ਉਹ ਇਸ ਵੀਡੀਓ ਨੂੰ ਲਾਈਕ ਵੀ ਕਰਨ ਅਤੇ ਉਹਨਾਂ ਨੂੰ ਕੋਈ ਫਾਇਦਾ ਵੀ ਹੋਵੇ, ਕਿਉਂਕਿ ਸਾਡਾ ਮੇਨ ਮਕਸਦ ਹੀ ਲੋਕਾਂ ਦੀ ਹੈ ਕਿ ਜਿਹੜੇ ਸ਼ੌਕੀਨ ਨਵੇਂ ਨੇ ਜਿਨ੍ਹਾਂ ਨੂੰ ਮਾਲੂਮਾਤ ਨਹੀਂ ਮਿਲਦੀ, ਜਿਹੜੇ ਪੁੱਛਦੇ ਨੇ ਅੱਗੇ ਪਿੱਛੇ ਲੋਕਾਂ ਕੋਲੋਂ ਜਾ ਕੇ ਇਨਬੋਕਸ ਵਿੱਚ ਜਾਂ ਅੱਗੇ ਹੋਰ ਕਿਧਰੇ, ਉਹਨਾਂ ਨੂੰ ਇਹ ਇੱਕ ਸਾਡੇ ਪਲੇਟਫਾਰਮ ਤੋਂ ਇਹ ਵੀਡੀਓ ਮਿਲ ਜਾਏ, ਇੱਕ ਅੱਛੀ ਮਾਲੂਮਾਤ ਮਿਲ ਜਾਏ ਜਿਹੜੀ ਉਹਨਾਂ ਨੂੰ ਕਬੂਤਰਬਾਜ਼ੀ ਦੇ ਵਿੱਚ ਹੈਲਪ ਕਰੇ। ਅਤੇ ਅੱਜ ਅਸੀਂ ਸਟਾਰਟ ਕਰਦੇ ਹਾਂ, ਫਿਰ ਇਸ ਪ੍ਰੋਸੈਸ ਨੂੰ ਤੁਸੀਂ ਦੱਸੋ ਕਿ ਕੀ ਪ੍ਰੋਸੈਸ ਹੁੰਦਾ ਹੈ ਅਸੂ ਦੇ ਵਿੱਚ ਕਬੂਤਰ ਨੂੰ ਤਿਆਰ ਕਰਨ ਲਈ ਅਤੇ ਉਡਾਉਣ ਲਈ। ਕੈਸਰ ਬਾਈ, ਸਭ ਤੋਂ ਪਹਿਲੇ ਆ ਜਾਣੀ ਪਰ ਪਟਾਈ ਸਹੀ, ਇਸ ਅਸਾਂ ਪਤਾ ਹੁੰਦਾ ਕਿ ਸਾਡੀ ਕਬੂਤਰਬਾਜ਼ੀ ਜਾਂ ਜਿਹੜੀ ਕੱਪ ਨਹੀਂ ਫਿਰਦੇ ਉਹ ਪਹਿਲੀ ਕਿਸ ਤਾਰੀਖ ਤੋਂ ਹੋ ਸਹੀ, ਅਸਾਂ ਪਰ ਪਟਾਈ ਉਸ ਤੋਂ ਐਗਜੈਕਟ 100 ਦਿਨ ਪਿੱਛੇ ਕਰਦੇ ਸਹੀ ਹਿਸਾਬ ਨਾਲ, ਜਿਸ ਦਿਨ ਪਹਿਲੀ ਡੇਟ ਉਡਾਉਣਾ ਉਸ ਤੋਂ 100 ਦਿਨ 100 ਦਿਨ ਪਹਿਲੇ ਚਲੇ ਜਾਓ। ਅੱਛਾ, ਉਸ ਦਿਨ ਤੁਸੀਂ ਆਪਣੇ ਕਬੂਤਰ ਪਟਾਈ ਸਹੀ। ਠੀਕ ਹੈ, ਅਸੀਂ ਲੋਕ ਅਮੂਮਨ ਕੀ ਕਰਨੇ ਹਾਂ ਕਿ ਪਰ ਪਟਾਈ ਨੇ ਦਿਨ ਆਉਣਗੇ ਨਾ ਅਤੇ ਆਖਰੀ ਜਿਹੜਾ 7-10 ਦਿਨ ਹੋਏਗਾ ਨਾ ਪਟਣੇ ਤੋਂ ਪਹਿਲੇ ਜੀ, ਅਸੀਂ ਉਸ ਦਿਨ ਉਹਨਾਂ ਨੂੰ ਕੋਰੇ ਸ਼ੋਰੇ ਖਿਲਾ ਸਕਦੇ ਸੀ ਕੋਈ ਗੱਲ ਨਹੀਂ। ਅੱਛਾ, ਕਿ ਜ਼ਰਾ ਕਬੂਤਰ ਤਾਕਤ ਜਾ ਦੇ, ਫਿਰ ਅਸੀਂ ਪਰ ਪੱਟੀ ਕਰਾਂ ਸਾਂ ਅਤੇ ਪਰ ਅੱਛੇ ਲੱਗ ਰਹੇ ਸੀ ਸਹੀ, ਇਹ ਤਰੀਕਾ ਕਾਰਨ। ਅੱਛਾ, ਇੱਕ ਤਾਂ 100 ਦਿਨ ਪਹਿਲੇ ਤੁਸੀਂ ਪਰ ਪੱਟੀ ਕਰ ਦਿੱਤੀ, ਠੀਕ, 50 ਦਿਨ ਪੂਰੇ ਨੇ ਪਰ ਪਟਾਈ ਵਾਸਤੇ। ਅੱਛਾ, ਅਗਲੇ 50 ਦਿਨ ਨੇ ਉਸਨੂੰ ਤਿਆਰੀ ਸਟਾਰਟ ਕਰਨੇ ਵਾਸਤੇ ਅਤੇ ਫਿਰ ਉਸਨੂੰ ਮੈਦਾਨ ਤੱਕ ਆਖਰੀ ਦਿਨ ਤੱਕ ਲੈ ਕਰਾਉਣੇ ਵਾਸਤੇ ਸਹੀ। 50 ਦਿਨ ਪਰ ਪਟਾਈ ਨੇ, 50 ਦਿਨ ਉਸਨੇ ਤਿਆਰੀ ਨੇ ਸਹੀ। ਪਰ ਪਟਾਈ ਨਹੀਂ ਗੱਲ ਆ ਗਈ, ਪਰ ਪਟਾਈ ਵਿੱਚ ਮੈਂ ਤੁਹਾਨੂੰ ਇੱਕ ਪੂਰੇ ਸਾਲ ਨਾਲ ਮੈਂ ਕੁੱਲੀਆ ਦੱਸ ਦੇਣਾ ਕਿ ਤੁਹਾਨੂੰ ਆਖਰੀ ਦਿਨ ਵੀ ਮਿਹਨਤ ਨਾ ਕਰਨੀ ਪਏਗੀ। ਅੱਛਾ, ਔਰ ਪੂਰੇ ਸਾਲ ਤੁਸੀਂ ਉਹ ਇੱਕ ਫਾਰਮੂਲਾ ਆਪਣੇ ਕਬੂਤਰਾਂ 'ਚ ਅਪਲਾਈ ਕਰਨੇ ਰਹੋ, ਨੋਰਮਲ ਆਸਾਨ ਤੋਂ ਆਸਾਨ ਚੀਜ਼, ਅਤੇ ਉਸੀ ਤਿਆਰੀ ਨਾਲ ਤੁਸੀਂ ਕਬੂਤਰ ਵੀ ਪੜ੍ਹ ਦਿਓ, ਇਨਸ਼ਾਅੱਲਾ ਤੁਹਾਡੇ ਕਬੂਤਰਾਂ ਨੂੰ ਪਰ ਪਟਾਈ ਤੋਂ ਬਾਅਦ ਕੁੰਦਾ ਵੀ ਨਹੀਂ ਲੱਗਣ ਲੱਗਾ ਸਹੀ, ਕਬੂਤਰਾਂ ਨੇ ਜਿਸਮ ਇਸ ਤਰ੍ਹਾਂ ਸਿੱਕੇ ਨਹੀਂ ਦਾ ਬਿਲਕੁਲ ਮਜ਼ੇਦਾਰ, ਔਰ ਜਾਲਾਂ ਤੋਂ ਨਿਕਲਣਗੇ ਜਿਸ ਤਰ੍ਹਾਂ ਲੱਗੇਗਾ ਜਿਸ ਤਰ੍ਹਾਂ ਤਿਆਰ ਕਬੂਤਰ। ਠੀਕ ਹੈ, ਦੇਖੀਏ ਗੱਲੇ ਮਾਰ ਰਹੇ ਨੇ, ਬੁਰੀ ਹਾਲਾਤ ਇਸ ਤਰ੍ਹਾਂ ਨੇ, ਬਹੁਤ ਬਿਹਤਰ ਕੰਡੀਸ਼ਨ ਵਿੱਚ ਆਉਣਗੇ। ਤੁਸੀਂ ਆਮ ਰੂਟੀਨ ਸਰਸੋਂ ਦਾ ਤੇਲ ਆਮ ਹਰ ਦੁਕਾਨ ਵਿੱਚੋਂ ਲੱਗ ਜਾਂਦਾ, ਅੱਛੀ ਅੱਛੀ ਬਿਲਕੁਲ ਸਰਸੋਂ ਦਾ ਤੇਲ, ਇਹ ਤੁਸੀਂ 5 ਕਿਲੋ ਸਰਸੋਂ ਦਾ ਤੇਲ ਲੈ ਲਓ ਅਤੇ ਉਸ ਨੇ ਅੰਦਰ ਤੁਸੀਂ 2 ਤੋਂ 3 ਲੀਟਰ ਪਾਣੀ ਪਾ ਦਿਓ। ਇਸ ਨਾਲ ਬਿਲਕੁਲ ਹਲਕੀ ਆਂਚ ਪਕਾਉਣਾ ਸ਼ੁਰੂ ਕਰ ਦਿਓ, ਜਿਸ ਵੇਲੇ ਇਸ ਨਾਲ ਪਾਣੀ ਸੁੱਕ ਜਾਵੇ ਮਤਲਬ ਕਿ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਬਈ ਹੁਣ ਸਰਸੋਂ ਨੇ ਤੇਲ, ਜਾਂ ਦੇਚਕੇ ਦੇ ਅੰਦਰ ਤੁਸੀਂ ਨਿਸ਼ਾਨ ਲਾ ਲਓ ਜਿੱਦਾਂ 5 ਲੀਟਰ ਸਰਸੋਂ ਦਾ ਤੇਲ ਆ, ਠੀਕ ਹੈ, ਤੁਸੀਂ ਫਿਰ 2 ਤੋਂ 3 ਲੀਟਰ ਤੁਸੀਂ ਸਾਦਾ ਪਾਣੀ ਪਾ ਦਿਓ, ਫਿਰ ਜਿਸ ਵੇਲੇ ਪਾਣੀ ਖੁਸ਼ਕ ਹੋ ਜਾਵੇ ਸਰਸੋਂ ਦਾ ਤੇਲ ਰਹਿ ਜਾਵੇ ਉਸ ਤੁਸੀਂ ਅੱਧ ਇੱਕ ਭਾਂ ਅੰਬਲ ਦੀ ਅਤੇ 25-30 ਕਾਲੀਆਂ ਮਿਰਚਾਂ ਪਾ ਕੇ ਸਾਨੂੰ ਥੋੜ੍ਹਾ ਹੋਰ ਪਕਾਓ। ਅੱਛਾ, ਅੱਛੇ ਤਰੀਕੇ ਨਾਲ ਪੱਕ ਚੁੱਲ੍ਹੇ ਅਤੇ ਤੁਸੀਂ ਇਸ ਠੰਡਾ ਕਰਕੇ ਕੱਪੜ ਛਾਣ ਕਰਕੇ ਔਰ ਇਸ ਬੋਤਲਾਂ ਮਹਿਫੂਜ਼ ਕਰ, ਇਹ ਪੂਰੇ ਸਾਲ ਜਿਸ ਦਿਨ ਬੰਦਾ ਭੋਰੇ ਕਰੇ ਕਬੂਤਰਾਂ ਨੂੰ, ਆਮ ਰੂਟੀਨ ਲੋਕ ਕਬੂਤਰ ਬਾਅਦ ਪਾਉਂਦੇ ਹੀ ਜ਼ਿਆਦਾਤਰ ਸੁਬਹਾ ਨਾਸ਼ਤਾ ਭੋਰਿਆਂ ਨਾਲ ਕਰਾ ਦਿੱਤਾ। ਹਾਂਜੀ, ਇਹ ਕਬੂਤਰਾਂ ਨੇ ਰੋਟੀ ਨੇ ਛੋਟੇ ਛੋਟੇ ਭੋਰੇ ਕਰ ਕੇ ਉਸ ਤੁਸੀਂ ਥੋੜ੍ਹਾ ਸਰਸੋਂ ਦਾ ਤੇਲ ਪਾਓ ਉਸ ਮਲ ਕੇ ਅਤੇ ਕਬੂਤਰਾਂ ਚਲਾ, ਇਹ ਪੂਰਾ ਸਾਲ ਤੁਹਾਡੇ ਕਬੂਤਰਾਂ ਨੇ ਅੰਦਰ ਹਫ਼ਤੇ 2 ਜਾਂ 3 ਦਿਨ 4 ਦਿਨ ਸਰਸੋਂ ਦਾ ਤੇਲ ਜਾਣਾ ਰਿਹਾ ਅਤੇ ਸਮਝੋ ਤੁਹਾਡੇ ਕਬੂਤਰਾਂ ਦੀ ਪੂਰੇ ਸਾਲ ਦੀ ਤਿਆਰੀ ਚੱਲ ਰਹੀ। ਅੱਛਾ, ਠੀਕ।